ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸੀ ਤਾਂ ਉਹਨਾਂ ਦੀਆਂ ਨਾ ਕੁਝ ਵੀਡੀਓ ਬੜੀਆਂ ਬਾਅਦ 'ਚ ਵਾਇਰਲ ਹੁੰਦੀਆਂ ਰਹੀਆਂ। ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼, ਕਿਸਾਨਾਂ ਦੇ ਆੜ੍ਹਤੀਆਂ ਦਾ ਕਰਜ਼ਾ ਮਾਫ਼, ਆੜ੍ਹਤੀਆਂ ਦਾ ਵੀ ਸਰਕਾਰ ਦੇਊਗੀ। ਉਸ ਤੋਂ ਬਾਅਦ ਜਿੱਦਾਂ ਕੋਈ ਕੰਪਨੀ ਪ੍ਰੋਡਕਟ ਦਿੰਦੀ ਹੈ ਤਾਂ ਥੱਲੇ ਸ਼ਰਤਾਂ ਲਾਗੂ। ਚਾਹੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ, ਲੇਕਿਨ ਉਹਦਾ ਸੰਤਾਪ ਸਾਨੂੰ ਭੋਗਣਾ ਪਿਆ, ਕਾਂਗਰਸ ਪਾਰਟੀ ਦਾ ਉਜਾੜਾ ਹੋਇਆ। ਵਿਸ਼ੇਸ਼ ਤੌਰ 'ਤੇ ਮੈਂ ਸਮਾਂ ਪੀ ਚਿਦੰਬਰਮ ਸਾਹਿਬ ਕੱਚੇ ਖਿਲਾੜੀ ਨਹੀਂ ਹਨਗੇ। ਜਿੱਥੇ ਤੱਕ ਸਵਾਲ ਹੈ ਹੰਕਾਰ ਦਾ, ਉਹ ਕਦੇ ਵੀ ਟੁੱਟ ਸਕਦਾ, ਕਿਉਂਕਿ ਜਮਹੂਰੀਅਤ 'ਚ ਹੰਕਾਰ ਜਿਹੜਾ ਹੁੰਦਾ ਉਹ ਪੈਦਾ ਹੋ ਜੇ ਤਾਂ ਮੈਂ ਸਮਝਦਾ ਸਮਾਜ 'ਚ ਗਾਹਾਂ ਨੂੰ ਗਿਰਾਵਟ ਆਉਂਦੀ ਹੈ ਔਰ ਵਿਸ਼ਵਾਸ ਟੁੱਟਦਾ ਔਰ ਹੰਕਾਰ ਤੋੜਨ ਲਈ ਲੋਕ ਤਿਆਰ ਹੋ ਜਾਂਦੇ। ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪਣੀ ਪੂਰੀ ਵਾਹ ਲਾ ਰਹੀਆਂ ਨੇ ਤਾਂ ਇਹਨਾਂ ਚੋਣਾਂ ਦੇ ਵਿੱਚ ਵੀ ਸਭ ਤੋਂ ਮਹੱਤਵਪੂਰਨ ਵੇਖੀਏ ਤਾਂ ਕਹਿੰਦੇ ਨੇ ਕਿ ਚੋਣਾਂ ਦੇ ਵਿੱਚ ਕੀਤੇ ਵਾਅਦੇ ਲੋਕਾਂ ਨੂੰ ਦਿਖਾਉਣਾ ਕੀ ਹੈ ਕਿ ਤੁਹਾਡੇ ਲਈ ਜੇ ਅਸੀਂ ਸੱਤਾ 'ਚ ਆਉਣੇ ਹਾਂ ਤਾਂ ਅਸੀਂ ਲੈ ਕੇ ਕੀ ਆ ਰਹੇ ਹਾਂ, ਯਾਨੀ ਚੋਣ ਮੈਨੀਫੈਸਟੋ। ਔਰ ਕਾਂਗਰਸ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ, ਹਾਲਾਂਕਿ ਨਾਮ ਉਹਦਾ ਨਿਆਏ ਪੱਤਰ ਰੱਖਿਆ। ਦੇਸ਼ ਦੇ ਲੋਕਾਂ ਨੂੰ ਕਹਿੰਦੇ ਨੇ ਕਿ ਨਿਆਂ ਦੇਣਾ, ਜਿਹੜੀਆਂ ਕਮੀਆਂ ਰਹਿ ਗਈਆਂ ਨੇ ਉਹ ਪੂਰੀਆਂ ਕਰਨੀਆਂ ਨੇ। ਔਰ ਪੰਜਾਬ ਦੇ ਨਜ਼ਰੀਏ ਨਾਲ ਆਪਾਂ ਦੇਖੀਏ ਤਾਂ ਕਿਸਾਨਾਂ ਦਾ ਇੱਕ ਵੱਡਾ, ਇਸ ਤੋਂ ਪਹਿਲਾਂ ਅੰਦੋਲਨ ਚੱਲਿਆ, ਹਾਲੇ ਵੀ ਚੱਲ ਰਿਹਾ, ਔਰ ਕਿਸਾਨਾਂ ਨੂੰ ਲੈ ਕੇ ਇੱਕ ਵੱਡਾ ਵਾਅਦਾ ਕੀਤਾ ਹੈ ਕਾਂਗਰਸ ਨੇ ਆਪਣੇ ਇਸ ਨਿਆਏ ਪੱਤਰ ਦੇ ਵਿੱਚ। ਤਾਂ ਕਿਸਾਨਾਂ ਦੇ ਲਈ ਕੀ ਕੁਝ ਲੈ ਕੇ ਆ ਰਹੇ ਨੇ ਅਤੇ ਕਿਸਾਨਾਂ ਨੂੰ ਕੀ ਕੁਝ ਮਿਲੇਗਾ? ਸਾਡੇ ਨਾਲ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਕਾਂਗਰਸ ਸਰਕਾਰ ਦੇ ਇਸ ਵੇਲੇ ਸਾਡੇ ਨਾਲ ਨੇ ਰਣਦੀਪ ਸਿੰਘ ਨਾਭਾ ਜੀ। ਨਾਭਾ ਸਾਹਿਬ, ਤੁਹਾਡੇ ਕੋਲ ਸ਼ੁਕਰੀਆ ਨਰਿੰਦਰ ਜੀ, ਖੇਤੀ ਹੋਈ ਤੁਹਾਨੂੰ ਦੇਖ ਕੇ ਬੜੇ ਚਿਰ ਬਾਅਦ, ਔਰ ਨਿਊਜ਼ 18 ਦੇ ਤਹਿਤ ਤੁਸੀਂ ਅੱਜ ਆਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਤੁਹਾਡੇ ਕੋਲ ਖੇਤੀਬਾੜੀ ਮਹਿਕਮਾ ਰਿਹਾ ਤਾਂ ਅੱਜ ਮੈਨੂੰ ਲੱਗਦਾ ਹੈ ਕਿ ਤਾਂ ਕਰਕੇ ਤੁਹਾਡੇ ਨਾਲ ਗੱਲ ਕਰਨੀ ਬੜੀ ਜ਼ਰੂਰੀ ਹੋ ਗਈ ਸੀ ਕਿ ਸਭ ਤੋਂ ਮੇਨ ਚੀਜ਼ ਕਿਸਾਨ ਧਰਨਾ ਦੇ ਬੈਠੇ ਆ, ਪੱਕਾ ਅੰਦੋਲਨ ਫਿਰ ਚੱਲ ਰਿਹਾ MSP ਗਰੰਟੀ ਕਾਨੂੰਨ ਨੂੰ ਲੈ ਕੇ, ਕਹਿੰਦੇ ਕਾਂਗਰਸ ਨੇ ਵਾਅਦਾ ਕਰ ਲਿਆ। ਦੇਖੋ, ਪਹਿਲੀ ਗੱਲ ਤਾਂ ਮੈਂ ਸਵਾਗਤ ਕਰਦਾ ਵਿਸ਼ੇਸ਼ ਤੌਰ 'ਤੇ ਖਾਰਗੇ ਸਾਹਿਬ ਦਾ, ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ, ਔਰ ਨਾਲ ਰਾਹੁਲ ਜੀ ਦਾ, ਔਰ ਜਿਹੜੇ ਸਾਡੇ ਨਿਆਏ ਪੱਤਰ, ਜਿਹੜਾ ਚੋਣ ਮੈਨੀਫੈਸਟੋ ਜਿਹਨੂੰ ਕਹਿੰਦੇ ਆ, ਉਹਦੀ ਅਗਵਾਈ ਕਰ ਰਹੇ ਹਨਗੇ ਪੀ ਚਿਦੰਬਰਮ ਸਾਹਿਬ, ਉਹਨਾਂ ਦਾ ਕੋਟਨ-ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਜਾਬ ਨੂੰ ਵਿਸ਼ੇਸ਼ ਤੌਰ 'ਤੇ ਮੁਖੀ ਰੱਖਦੇ ਹੋਏ ਸਾਡੇ MSP ਦੀ ਗਰੰਟੀ ਸਕੀਮ ਲਾਗੂ ਕਰਨ ਦਾ, ਸਵਾਮੀਨਾਥਨ ਰਿਪੋਰਟ ਦਾ ਉਹਨਾਂ ਨੇ ਇਸ ਚੋਣ ਮੈਨੀਫੈਸਟੋ ਜ਼ਿਕਰ ਕੀਤਾ। ਅੱਛਾ ਨਾਭਾ ਸਾਹਿਬ, ਤੁਸੀਂ ਖੇਤੀਬਾੜੀ ਮੰਤਰੀ ਰਹੇ ਹੋ ਤਾਂ ਇਹਨਾਂ ਚੀਜ਼ਾਂ ਬਾਰੇ ਟੈਕਨੀਕਲੀ ਵੀ ਸਮਝਦੇ ਹੋਵੋਗੇ, ਜੇ ਤੁਸੀਂ ਇਹ ਵਾਅਦਾ ਕਰ ਸਕਦੇ ਹੋ ਤਾਂ ਫਿਰ BJP ਸਰਕਾਰ, ਕਿਉਂਕਿ ਪਿਛਲੇ ਟਾਈਮ ਵੀ 3 ਕਾਨੂੰਨਾਂ ਨੂੰ ਲੈ ਕੇ ਅੰਦੋਲਨ ਚੱਲਿਆ, ਤਾਂ ਜੇ ਇਹ ਇੰਨਾ ਸੌਖਾ ਸੀ ਤਾਂ ਐਨ ਚੋਣਾਂ ਦੇ ਮੌਕੇ ਵੀ ਕੇਂਦਰ ਸਰਕਾਰ BJP ਦੀ ਇਹਨੂੰ ਲੈ ਕੇ ਹਾਮੀ ਕਿਉਂ ਨਹੀਂ ਭਰ ਸਕੀ? ਅਤੇ ਜੇ ਕਾਂਗਰਸ ਨੇ ਭਰੀ ਹੈ ਤਾਂ ਕੀ ਇਹ ਪੋਸੀਬਲ ਹੈ, ਤੁਹਾਨੂੰ ਲੱਗਦਾ ਹੈ ਕਿ ਹੋ ਸਕਦਾ? ਦੇਖੋ, ਜਿੱਥੇ ਤੱਕ ਸਵਾਲ ਹੈ ਹੰਕਾਰ ਦਾ, ਉਹ ਕਦੇ ਵੀ ਟੁੱਟ ਸਕਦਾ, ਕਿਉਂਕਿ ਜਮਹੂਰੀਅਤ 'ਚ ਹੰਕਾਰ ਜਿਹੜਾ ਹੁੰਦਾ ਉਹ ਪੈਦਾ ਹੋ ਜੇ ਤਾਂ ਮੈਂ ਸਮਝਦਾ ਸਮਾਜ 'ਚ ਗਾਹਾਂ ਨੂੰ ਗਿਰਾਵਟ ਆਉਂਦੀ ਹੈ ਔਰ ਵਿਸ਼ਵਾਸ ਟੁੱਟਦਾ ਔਰ ਹੰਕਾਰ ਤੋੜਨ ਲਈ ਲੋਕ ਤਿਆਰ ਹੋ ਜਾਂਦੇ। ਅੱਜ ਵੀ ਮੈਂ ਸਵਾਗਤ ਕਰਾਂਗਾ ਕੇਂਦਰ ਸਰਕਾਰ ਦਾ ਜੇ ਉਹ MSP ਦਾ ਬਕਾਇਦਾ ਕਾਨੂੰਨ ਲਾਗੂ ਕਰ ਦੇਣ, ਕਿਉਂਕਿ ਉਹਦਾ ਵਿਸ਼ੇਸ਼ ਤੌਰ 'ਤੇ ਮੈਂ ਤਾਂ ਜ਼ਿਕਰ ਕਰ ਰਿਹਾ ਕਿਉਂਕਿ ਇਹ ਸਾਡੀ ਪੰਜਾਬ ਦੀ ਪਛਾਣ ਹੈ ਔਰ ਸਾਡਾ ਪੰਜਾਬ ਜਿਹੜਾ ਐਗਰੇਰੀਅਨ ਸਟੇਟ ਰਿਹਾ, ਖੇਤੀਬਾੜੀ ਨੂੰ ਮੁਖੀ ਰੱਖਦੇ ਹੋਏ ਸਾਡੇ ਪੰਜਾਬੀਆਂ ਨੇ ਸ਼ਹਾਦਤਾਂ ਦਿੱਤੀਆਂ ਹਨਗੀਆਂ, ਜ਼ਿੰਦਗੀਆਂ ਉਜਾੜੀਆਂ ਹਨਗੀਆਂ ਔਰ ਦੇਸ਼ ਦਾ ਢਿੱਡ ਭਰਿਆ ਹੈਗਾ ਔਰ ਆਰਥਿਕ ਤੌਰ 'ਤੇ ਹਿੰਦੁਸਤਾਨ ਨੂੰ ਮਜ਼ਬੂਤੀ ਤੌਰ 'ਤੇ
ਬਹੁਤ ਵੱਡਾ ਰੋਲ ਅਦਾ ਕੀਤਾ ਤਾਂ ਕਿ ਜਿਹੜੇ ਅੱਜ ਗਰੀਬਾਂ ਦੇ ਢਿੱਡ ਭਰੇ ਜਾਂਦੇ ਉਸ 'ਚ ਬਹੁਤ ਵੱਡਾ ਯੋਗਦਾਨ ਸਾਡੇ ਪੰਜਾਬ ਦੇ ਸਾਡੀ ਕਿਸਾਨੀਅਤ ਦਾ ਹੈ। ਅੱਛਾ, ਟੈਕਨੀਕਲੀ ਇਹ ਪੋਸੀਬਲ ਹੈ ਕਿਉਂਕਿ ਕਈ ਹੁਣ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਇਹਨਾਂ ਦੇ ਆਗੂ ਪਹਿਲਾਂ ਦਾਅਵਾ ਕਰਦੇ ਰਹੇ ਆ ਕਿ ਜੇ ਕੇਂਦਰ ਨਹੀਂ ਦੇਊਗਾ ਤਾਂ ਅਸੀਂ ਸਟੇਟ ਦੇ ਜਾਂਗੇ, ਤਾਂ ਕੀ ਇਹ ਪੋਸੀਬਿਲਟੀ ਵੈਸੇ ਹੈ ਕਿ ਜਿਹੜਾ ਤੁਸੀਂ ਹੁਣ ਵਾਅਦਾ ਕੀਤਾ ਤੁਸੀਂ ਉਹ ਵਾਅਦਾ ਪੂਰਾ ਕਰ ਦਿਓ? ਦੇਖੋ, ਪਹਿਲਾਂ ਵੀ ਤੁਹਾਨੂੰ ਯਾਦ ਹੋਊਗਾ ਕਿ ਡਾਕਟਰ ਮਨਮੋਹਨ ਸਿੰਘ ਨੇ 9.5 ਲੱਖ ਕਰੋੜ ਰੁਪਇਆ ਕਰਜ਼ਾ ਸਾਡੇ ਕਿਸਾਨਾਂ ਦਾ ਮਾਫ਼ ਕੀਤਾ ਸੀ। ਪੰਜਾਬ ਸਰਕਾਰ ਨੇ ਵੀ, ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਬਣੇ ਸੀ, ਉਹ ਚਾਹੇ ਵਿਸ਼ੇਸ਼ ਤੌਰ 'ਤੇ ਸਾਡੀ ਪਾਰਟੀ ਨੂੰ ਛੱਡ ਕੇ ਅਲਵਿਦਾ ਕਹਿ ਕੇ ਦੂਜੀ ਪਾਰਟੀ ਸ਼ਾਮਿਲ ਹੋ ਗਏ, ਉਹਨਾਂ ਨੇ ਵੀ ਇਹ ਉਪਰਾਲਾ ਕੀਤਾ ਕਿਸਾਨਾਂ ਦੀ ਹਮਾਇਤ ਕਰਨੀ। ਜੇ ਕਿਸਾਨ ਹੈ ਤਾਂ ਸਾਡਾ ਵਪਾਰ ਹੈ, ਵਪਾਰ ਹੈ ਤਾਂ ਸਾਡਾ ਦੇਸ਼ ਹੈ। ਜੇ ਕਿਸਾਨੀਅਤ ਨੂੰ ਠੇਸ ਪਹੁੰਚਦੀ ਹੈ ਤਾਂ ਸਾਡਾ ਨੁਕਸਾਨ ਸੂਬੇ ਦਾ ਹੁੰਦਾ ਹੈ। ਔਰ ਵਿਸ਼ੇਸ਼ ਤੌਰ 'ਤੇ ਮੈਂ ਸਮਾਂ ਪੀ ਚਿਦੰਬਰਮ ਸਾਹਿਬ ਕੱਚੇ ਖਿਲਾੜੀ ਨਹੀਂ ਹਨਗੇ, ਇਕਨੋਮਿਕਸ ਦੇ ਮਹਾਰ ਹਨਗੇ। ਔਰ ਦੇਸ਼ ਦੀ ਉੱਨਤੀ ਅਤੇ ਤਰੱਕੀ ਲਈ ਜੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਬਣੀ UPA 1 ਅਤੇ UPA 2, ਸਾਡੀ ਉਹਦੇ ਗਰੋਥ ਰੇਟ ਵੀ ਅੱਜ ਦੀ ਜਿਹੜੇ ਪਿਛਲੇ 10 ਸਾਲ ਦੇ ਦਰਮਿਆਨ ਜੇ ਉਹਦੀ ਤੁਲਨਾ ਕੀਤੀ ਜਾਵੇ, ਘੱਟੋ ਘੱਟ 1.8% ਦਾ ਫਰਕ ਰਿਹਾ ਹੈਗਾ। ਔਰ ਕਾਂਗਰਸ ਨੇ ਉਦੋਂ ਤਰੱਕੀ ਉੱਨਤੀ ਦਿੱਤੀ ਸੀ, ਔਰ ਸੋਚ ਸਮਝ ਕੇ ਚਿਦੰਬਰਮ ਸਾਹਿਬ ਨੇ ਇਹ ਬਕਾਇਦਾ ਸਾਡੀ ਚੋਣ ਮੈਨੀਫੈਸਟੋ 'ਚ ਜ਼ਿਕਰ ਕੀਤਾ। ਨਾਭਾ ਸਾਹਿਬ, ਸਵਾਮੀਨਾਥਨ ਰਿਪੋਰਟ ਤਾਂ ਦਹਾਕਿਆਂ ਤੋਂ ਤੁਰੀ ਆਉਂਦੀ ਹੈ, ਬੀਜੇਪੀ ਚਲੋ ਹੁਣ 10 ਸਾਲ ਤੋਂ ਕਹਿ ਲਈਏ, ਤਾਂ ਉਦੋਂ ਪਹਿਲਾਂ ਤੁਸੀਂ ਇੱਕ ਲੰਬਾ ਟਾਈਮ ਤੁਹਾਡੀ ਪਾਰਟੀ ਨੇ ਜਿਹੜਾ ਹੈਗਾ ਰਾਜ ਕੀਤਾ, ਉਦੋਂ ਸਵਾਮੀਨਾਥਨ ਰਿਪੋਰਟ ਕਿਉਂ ਕਿਸੇ ਨੂੰ ਚੇਤੇ ਨਹੀਂ ਆਈ? ਹੁਣ ਕੀ ਲੱਗਦਾ ਹੈ ਕਿ ਸਿਆਸੀ ਹਾਲਾਤ ਐਸੇ ਬਣ ਗਏ ਕਿ ਅੱਜ ਸਵਾਮੀਨਾਥਨ ਰਿਪੋਰਟ ਦਾ ਵੀ ਜ਼ਿਕਰ ਕਰਨਾ ਪਿਆ, ਅੱਜ MSP ਗਰੰਟੀ ਕਾਨੂੰਨ ਦਾ ਵੀ ਜ਼ਿਕਰ ਕਰਨਾ ਪਿਆ? ਨਹੀਂ ਲੱਗਦਾ ਕਿ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ, ਅਗਰ ਉਦੋਂ ਵੀ ਥੋੜ੍ਹਾ ਬਹੁਤਾ ਸਾਰ ਲੈ ਲਈ ਜਾਂਦੀ, ਇਹ ਚੀਜ਼ਾਂ ਹੋ ਜਾਂਦੀਆਂ, ਤਾਂ ਸ਼ਾਇਦ ਸਥਿਤੀ ਅੱਜ ਕੁਝ ਹੋਰ ਵੀ ਹੋ ਸਕਦੀ ਸੀ? ਰਵਿੰਦਰ ਜੀ, ਦੇਖੋ, ਜੇ ਪੁਰਾਣਾ ਕਿਉਂ ਨਹੀਂ ਹੋਇਆ, ਕਿਸ ਕਾਰਨ ਨਹੀਂ ਹੋਇਆ, ਉਹ ਕਾਂਗਰਸ ਪਾਰਟੀ ਤੋਂ ਉਹਦੀ ਸੀਨੀਅਰ ਲੀਡਰਸ਼ਿਪ ਜ਼ਿਕਰ ਕਰ ਸਕਦੀ। ਅੱਜ ਜਿਹੜੇ ਮੌਕੇ ਦੇ ਹਾਲਾਤ ਹਨਗੇ, ਸਾਡੇ ਕਿਸਾਨ ਵੀਰ ਅੰਦੋਲਨ 'ਚ ਰਾਮਲੀਲਾ ਗਰਾਊਂਡ 'ਚ ਵੀ ਬੈਠੇ ਹਨ, ਆਪਣੇ ਸ਼ੰਭੂ ਬਾਰਡਰਾਂ 'ਤੇ ਬੈਠੇ, ਔਰ ਤਕਰੀਬਨ ਜਿੰਨੀ ਕੁ ਮੈਨੂੰ ਜਾਣਕਾਰੀਆਂ ਤੁਹਾਡੇ ਪ੍ਰੈਸ ਦੇ ਮਾਧਿਅਮ ਦੇ ਜ਼ਰੀਏ ਜਾਂ ਸਾਡੇ ਸਾਥੀਆਂ ਕਿਸਾਨ ਸੰਸਥਾਵਾਂ ਤੋਂ ਤਹਿਤ ਪਤਾ ਲੱਗਿਆ, 400-500 ਲੋਕ ਸਾਡੇ ਲਾਪਤਾ ਹਨਗੇ। ਜਦ ਪੰਜਾਬ 'ਚ ਕਿਸਾਨੀਅਤ ਦਾ ਅੰਦੋਲਨ ਸ਼ੁਰੂ ਹੁੰਦਾ ਹੈ ਤਾਂ ਦੇਸ਼ ਨੂੰ ਉਸਦਾ ਨੁਕਸਾਨ ਪਹੁੰਚਦਾ ਹੈ, ਔਰ ਕਿਤੇ ਨਾ ਕਿਤੇ ਸਾਡੀ ਕਿਸਾਨੀਅਤ ਨੂੰ ਵੀ ਠੇਸ ਪਹੁੰਚਦੀ ਹੈ। ਤਾਂ ਕੋਈ ਵੀ ਕਿਸਾਨ ਖੁਸ਼ ਨਹੀਂ ਹੈ ਕਿ ਮੈਂ ਅੰਦੋਲਨ ਜਾ ਕੇ ਬਹਿ ਜਾਂ, ਉਹਦੀ ਮਜਬੂਰੀ ਬਣੀ ਹੋਈ। ਸੋ ਅੱਜ ਜਿਹੜੇ ਹਾਲਤ ਹਨਗੇ, ਹਾਲਤਾਂ ਦੇ ਤਹਿਤ ਕਿਸਾਨਾਂ ਨੇ ਅੰਦੋਲਨ ਲਾਇਆ, ਸ਼ਾਇਦ ਉਸਨੂੰ ਮੁਖੀ ਰੱਖਦੇ ਹੋਏ ਕਾਂਗਰਸ ਪਾਰਟੀ ਨੇ MSP ਲਾਗੂ ਕਰਨ ਦਾ ਉਪਰਾਲਾ ਕੀਤਾ। ਦੇਰ ਆਏ ਦਰੁਸਤ ਹੈ, ਚੰਗੀ ਗੱਲ ਹੈ, ਮੈਂ ਸਮਝਦਾ ਇਹਦਾ ਸਵਾਗਤ ਕਰਦਾ। ਨਾ ਸਾਹਿਬ, ਐਸਾ ਤਾਂ ਨਹੀਂ ਕਿ ਚੋਣਾਂ ਤੋਂ ਪਹਿਲਾਂ ਤਾਂ ਸਾਰਾ ਜ਼ੋਰ ਲਾਉਣਾ ਹੁੰਦਾ ਕਿ ਭਾਈ ਪਹਿਲਾਂ ਸੱਤਾ 'ਚ ਆਈ, ਉਦੋਂ ਬਾਅਦ ਦੇਖਾਂ ਕੀ ਕਰਨਾ, ਕਿਉਂਕਿ ਜਦੋਂ ਪਿਛਲੀ ਵਾਰ ਤੁਹਾਡੀ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੀ ਸੀ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸੀ, ਤਾਂ ਉਹਨਾਂ ਦੀਆਂ ਨਾ ਕੁਝ ਵੀਡੀਓ ਬੜੀਆਂ ਬਾਅਦ 'ਚ ਵਾਇਰਲ ਹੁੰਦੀਆਂ ਰਹੀਆਂ, ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼, ਕਿਸਾਨਾਂ ਦੇ ਆੜ੍ਹਤੀਆਂ ਦਾ ਕਰਜ਼ਾ ਮਾਫ਼, ਬੈਂਕਾਂ ਦਾ ਕਰਜ਼ਾ ਮਾਫ਼, ਆੜ੍ਹਤੀਆਂ ਦਾ ਵੀ ਸਰਕਾਰ ਦੇਊਗੀ, ਉਸ ਤੋਂ ਬਾਅਦ ਜਿੱਦਾਂ ਕੋਈ ਕੰਪਨੀ ਪ੍ਰੋਡਕਟ ਦਿੰਦੀ ਹੈ ਤਾਂ ਥੱਲੇ ਸ਼ਰਤਾਂ ਲਾਗੂ, ਉਦੋਂ ਬਾਅਦ ਉਹ ਸ਼ਰਤਾਂ ਲਾਗੂ ਵਾਲਾ ਪੁਆਇੰਟ ਆ ਜਿਹੜਾ ਉਹ ਸਾਹਮਣੇ ਆ ਗਿਆ, ਤਾਂ ਤੁਹਾਡੇ 'ਤੇ ਹੁਣ ਤੁਹਾਨੂੰ ਲੱਗਦਾ ਕਿ ਕਿਸਾਨ ਯਕੀਨ ਕਰ ਸਕਦੇ ਆ, ਇੰਨਾ ਕੁ ਭਰੋਸਾ ਦਿਵਾਓਗੇ? ਦੇਖੋ, ਜਿੱਥੇ ਤੱਕ ਸਵਾਲ ਹੈਗਾ, ਮੈਂ 2 ਸਾਂਝੀ ਗੱਲਾਂ ਤੁਹਾਡੇ ਮਾਧਿਅਮ ਜ਼ਰੀਏ ਸਾਡੇ ਦਰਸ਼ਕਾਂ ਨਾਲ ਜ਼ਰੂਰ ਕਹਿਣਾ ਚਾਹਾਂਗਾ। ਕਾਂਗਰਸ ਪਾਰਟੀ ਨੇ ਜਦ ਇਲੈਕਸ਼ਨ ਹੋਈ ਸੀ ਕਰਨਾਟਕ 'ਚ, ਉਦੋਂ 2000 ਰੁਪਇਆ ਸਾਡੀ ਧੀਆਂ ਭੈਣਾਂ ਔਰਤਾਂ ਲਈ ਮੁਹੱਈਆ ਕਰਨ ਦਾ ਉਦੋਂ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ। ਬੜੀ ਭਾਰੀ ਮਾਤਰਾ 'ਚ ਉਦੋਂ ਸਾਨੂੰ ਬਹੁਮਤ ਮਿਲੀ। ਕਰਨਾਟਕ ਸਰਕਾਰ ਨੇ ਸਭ ਤੋਂ ਪਹਿਲਾਂ ਜਿਹੜਾ ਚੋਣ ਮੈਨੀਫੈਸਟੋ ਦਾ ਇਹ ਵਾਅਦਾ ਸੀ ਉਹ ਪੂਰਾ ਕੀਤਾ ਗਿਆ। ਉਵੇਂ ਹੀ ਐਕਤੀ ਹਿਮਾਚਲ 'ਚ ਉਹਨਾਂ ਨੇ ਵਾਅਦਾ ਕੀਤਾ ਸੀਗਾ, ਐਕਤੀ ਬਕਾਇਦਾ ਚੋਣ ਮੈਨੀਫੈਸਟੋ ਜੋ ਜ਼ਿਕਰ ਕੀਤਾ ਸੀਗਾ, ਐਕਤੀ ਪਹਿਲੀ ਵਾਰ ਉਹਨਾਂ ਨੇ ਇਸ ਬਜਟ 'ਚ ਉਹਦੀ ਪ੍ਰਵਾਨਗੀ ਲੈ ਕੇ ਉਹਦਾ ਬਜਟ ਪ੍ਰਬੰਧ ਕਰਕੇ, ਕਿਉਂਕਿ ਹੁਣ ਚੋਣ ਜ਼ਾਬਤਾ ਲੱਗਿਆ, ਉਹਨੂੰ ਪ੍ਰਵਾਨਗੀ ਕਰਕੇ ਰੱਖ ਲਿਆ ਹੈਗਾ ਤਾਂ ਕਿ ਗਾਹਾਂ ਨੂੰ ਉਹ ਵੀ ਲਾਗੂ ਹੋ ਸਕੇ। ਉਵੇਂ ਹੀ ਤੇਲੰਗਾਨਾ 'ਚ
ਲਾਗੂ ਕੀਤਾ ਗਿਆ, ਜੋ ਵਾਅਦੇ ਕੀਤੇ, ਦੋ ਵਾਅਦੇ ਕੀਤੇ ਗਏ ਸੀ ਉਹ ਵੀ ਮੁਕੰਮਲ ਕੀਤੇ ਗਏ ਨੇ। ਔਰ ਜਿੱਥੇ ਤੱਕ ਦੂਜੀ ਗੱਲ ਹੈਗੀ, ਜਦ ਮੈਨੂੰ ਬੜੇ ਸੀਮਿਤ ਸਮੇਂ ਦੇ ਤਹਿਤ ਖੇਤੀਬਾੜੀ ਦਾ ਮੰਤਰਾਲੇ ਜਾਂ ਮਹਿਕਮਾ ਮਿਲਿਆ, ਉਦੋਂ ਸਾਡਾ ਕਿਸਾਨ ਅੰਦੋਲਨ ਦੇ ਦਰਮਿਆਨ ਜਿਵੇਂ ਤੁਸੀਂ ਜ਼ਿਕਰ ਕੀਤਾ, ਲੋਕ ਬੜੇ ਪਰੇਸ਼ਾਨ ਸਨ। ਚਾਹੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ, ਲੇਕਿਨ ਉਹਦਾ ਸੰਤਾਪ ਸਾਨੂੰ ਭੋਗਣਾ ਪਿਆ, ਕਾਂਗਰਸ ਪਾਰਟੀ ਦਾ ਉਜਾੜਾ ਹੋਇਆ। ਔਰ ਬਕਾਇਦਾ 407 ਕਿਸਾਨ ਵੀਰਾਂ ਨੂੰ ਜਿਨ੍ਹਾਂ ਨੇ ਸ਼ਹਾਦਤ ਦਿੱਤੀ, ਉਹਨਾਂ ਨੂੰ ਬਕਾਇਦਾ ਸੀ ਰੁਜ਼ਗਾਰ ਦਿੱਤਾ, 5 ਲੱਖ ਰੁਪਇਆ ਮੁਹੱਈਆ ਕੀਤਾ, ਉਹ ਤਾਂ ਕਿ ਉਹਨਾਂ ਨੂੰ ਇੱਕ ਸਹਾਰੇ ਦੇ ਰੂਪ 'ਚ ਅਸੀਂ ਉਹ ਚਾਹੇ ਉਹ ਮਾਸੂਮ ਜ਼ਿੰਦਗੀ ਅਸੀਂ ਵਾਪਸ ਨਹੀਂ ਲਿਆ ਸਕੇ, ਲੇਕਿਨ ਅਸੀਂ ਉਹਨਾਂ ਨੂੰ ਸਹਾਰੇ ਦੇ ਰੂਪ 'ਚ ਉਹਨਾਂ ਨੂੰ ਹਮਾਇਤ ਮਾਲੀ ਮਦਦ ਕੀਤੀ। ਤੁਹਾਨੂੰ ਯਾਦ ਹੋਊਗਾ ਜਦ ਗੁਲਾਬੀ ਸੁੰਡੀ ਪਈ ਬਠਿੰਡੇ ਮਾਨਸੇ ਵਗੈਰਾ, ਅਸੀਂ ਪਹਿਲੀ ਸਰਕਾਰ ਹੋਣੀ ਜਿਹੜੀ ਹਿੰਦੁਸਤਾਨ 'ਚ 17,500 ਰੁਪਇਆ ਅਸੀਂ ਉਹਨਾਂ ਨੂੰ ਬਕਾਇਦਾ DBT ਕੀਤੀ, ਔਰ ਨਾਲ 10% ਚੁਕਾਈ ਕਿਸਾਨਾਂ ਦੇ ਮੰਗ ਦੇ ਤਹਿਤ ਮੁਕੰਮਲ ਕੀਤੀ। ਸੋ ਕਾਂਗਰਸ ਪਾਰਟੀ ਨੇ ਹਰ ਟਾਈਮ ਕਿਸਾਨਾਂ ਦੀ ਹਮਾਇਤ ਕੀਤੀ ਹੈ ਔਰ ਗਾਹਾਂ ਨੂੰ ਵੀ ਕਰਦੀ ਰਹੂਗੀ। ਨਾ ਪਤਾ ਬਤੌਰ ਸਾਬਕਾ ਖੇਤੀਬਾੜੀ ਮੰਤਰੀ, ਕਿਉਂਕਿ ਜਦੋਂ ਖੇਤੀਬਾੜੀ ਮੰਤਰੀ ਕੋਈ ਵਿਅਕਤੀ ਰਿਹਾ ਹੋਵੇ ਤਾਂ ਉਹਨੂੰ ਆਪਦੇ ਮਹਿਕਮੇ ਦਾ ਸਾਰਾ ਪਤਾ ਹੁੰਦਾ, ਕਿਸਾਨਾਂ ਦੇ ਮਸਲੇ ਵੀ ਪਤਾ ਨੇ, ਸਰਕਾਰ ਦੀ ਹਾਲਾਤ ਵੀ ਪਤਾ ਨੇ, ਪੋਲੀਟੀਕਲ ਪਾਰਟੀਆਂ ਦੀਆਂ ਸਥਿਤੀਆਂ ਵੀ ਪਤਾ ਨੇ। ਤਾਂ ਬਤੌਰ ਸਾਬਕਾ ਖੇਤੀਬਾੜੀ ਮੰਤਰੀ ਆਪਣੇ ਹੀ ਮਹਿਕਮੇ ਦੇ ਕਿਸਾਨਾਂ ਨੂੰ ਲੈ ਕੇ ਅੱਜ ਜੇ ਇਹ ਚੋਣ ਮੈਨੀਫੈਸਟੋ ਹੈ ਜਿਹਦੇ 'ਚ ਕਿਸਾਨਾਂ ਦੇ ਲਈ ਵੱਖਰਾ ਵੱਡਾ ਐਲਾਨ ਕੀਤਾ ਗਿਆ, ਕਿੰਨੇ ਨੰਬਰ ਮੰਨੀਏ ਕਿ ਨਾਭਾ ਸਾਹਿਬ ਬੜੀ ਇਮਾਨਦਾਰੀ ਦੇ ਨਾਲ ਦੱਸ ਚੁੱਕੇ ਨੇ ਨੰਬਰ ਦੇਣਗੇ? ਪਹਿਲਾਂ ਵੀ ਮੈਨੂੰ ਕਈ ਸਾਡੇ ਰਿਪੋਰਟਰਾਂ ਨੇ ਪੁੱਛਿਆ ਸੀ, ਮੈਂ ਅੱਜ ਵੀ ਕਿਉਂਕਿ ਮੇਰੀ ਮਨਸ਼ਾ ਹੋਊ ਕਈ ਚੀਜ਼ ਜੇ ਕੇਂਦਰ ਦੀ ਸਰਕਾਰ ਬਣਦੀ ਹੈ ਉਹਦੇ ਤਹਿਤ ਅਸੀਂ ਪ੍ਰੋਸੈਸਿੰਗ ਪਲਾਂਟ ਵਗੈਰਾ ਲਾ ਕੇ ਕਿਸਾਨਾਂ ਨੂੰ ਹਮਾਇਤ ਕਰਾ ਕੇ ਕਿਸਾਨਾਂ ਨੂੰ ਆਪਣੇ ਪੈਰਾਂ 'ਤੇ ਖੜਾ ਸਕੀਏ, ਕਿਉਂਕਿ ਪੰਜਾਬ ਦਾ ਕਿਸਾਨ ਅੱਗੇ ਹੀ ਬੜੀ ਦੁਵਿਧਾ 'ਚ ਬੈਠਾ ਹੈ। ਤਾਂ ਮੈਂ ਇਹਨਾਂ 'ਚੋਂ ਦੇ 10 ਨੰਬਰਾਂ 'ਚੋਂ 7 ਨੰਬਰ ਜ਼ਰੂਰ ਦੇਵਾਂਗਾ, ਔਰ ਜਿਹੜੇ 3 ਨੰਬਰ ਹੈ ਜੇ ਸਰਕਾਰ ਬਣਦੀ ਹੈ ਤਾਂ ਆਪਣਾ ਦਬਾਅ ਜਾਂ ਆਪਣਾ ਵਰਤਾਵਾ ਯੂ ਵਰਤ ਕੇ ਤਾਂ ਕਿ ਉਹਨਾਂ ਤੋਂ ਦਬਾਅ ਪਾ ਕੇ ਸੀ ਕੁਝ ਸਹੂਲਤਾਂ ਪੰਜਾਬ ਦੇ ਕਿਸਾਨਾਂ ਨੂੰ ਦਿਲਾ ਸਕੀਏ, ਉਹਦਾ ਵੀ ਉਪਰਾਲਾ ਕਰਾਂਗੇ। 3 ਨੰਬਰ ਤੁਸੀਂ ਰੱਖ ਲਿਆ ਵੀ ਉਹ ਮੈਂ ਫੇਰ ਦੇਣੇ ਆ, ਵੀ ਜੇ ਕੰਮ ਪੂਰਾ ਹੋ ਜੂਗਾ ਤਾਂ ਨਹੀਂ 7 ਰਹਿ ਜਾਣੇ ਆ। ਤੁਸੀਂ ਤਾਂ ਉਹ ਗੱਲ ਕਹਿ ਰਹੇ ਹੋ ਨਾ, ਗਾਂ ਦੁੱਧ ਦੇਊਗੀ ਤਾਂ ਲੱਸੀ ਰਿੜਕਾਂਗੇ, ਤਾਂ ਜੇ ਦੁੱਧ ਦੇ ਦਈਏ ਫਿਰ ਲੱਸੀ ਰਿੜਕਣ ਜੋਗੇ ਹੋ ਜਾਣਗੇ। 3 ਰੱਖ ਲਈਏ। ਤਾਂ ਕਾਕਾ ਰਣਦੀਪ ਸਿੰਘ ਨਾਭਾ ਸਾਬਕਾ ਖੇਤੀਬਾੜੀ ਮੰਤਰੀ ਪੰਜਾਬ ਦੇ, ਔਰ ਸਾਫ਼ ਤੌਰ 'ਤੇ ਕਹਿੰਦੇ ਨੇ ਕਿ ਦੇਰ ਆਏ ਦਰੁਸਤ ਆਏ, ਕਹਿੰਦੇ ਨੇ ਕਿ ਜੋ ਚੀਜ਼ਾਂ ਸ਼ਾਇਦ ਪਹਿਲਾਂ ਲਾਗੂ ਹੋ ਸਕਦੀਆਂ ਸੀ ਜੇ ਨਹੀਂ ਹੋ ਸਕੀਆਂ ਉਹਦੇ ਕਾਰਨਾਂ 'ਤੇ ਵਿਚਾਰ ਕਰਨ ਦੀ ਬਜਾਏ ਅੱਜ ਸਮਾਂ ਕਿ ਉਹਨਾਂ ਨੂੰ ਲਾਗੂ ਕਿਵੇਂ ਕਰਨਾ। ਦਾਅਵਾ ਕਰਦੇ ਨੇ ਕਿ ਜੇ ਸੱਤਾ ਦੇ ਵਿੱਚ ਪਾਰਟੀ ਆਉਂਦੀ ਹੈ ਤਾਂ ਜੋ ਵਾਅਦੇ ਕੀਤੇ ਗਏ ਨੇ ਉਹਨਾਂ ਨੂੰ ਪੂਰਾ ਵੀ ਕੀਤਾ ਜਾਏਗਾ, ਯਾਨੀ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਏਗਾ, ਪੰਜਾਬ ਖੁਸ਼ਹਾਲ ਹੋਏਗਾ, ਕਾਰੋਬਾਰ ਖੁਸ਼ਹਾਲ ਹੋਏਗਾ ਅਤੇ ਦੇਸ਼ ਤਰੱਕੀ ਦੇ ਰਾਹਾਂ 'ਤੇ ਜਾਏਗਾ। ਦੇਖਦੇ ਹਾਂ, ਫਿਲਹਾਲ ਵਾਅਦੇ ਨੇ, ਹਾਲੇ ਚੋਣਾਂ ਸਿਰ 'ਤੇ ਨੇ, ਚੋਣਾਂ ਦਾ ਦੌਰ ਹੈ, ਵਾਅਦਿਆਂ ਦਾ ਦੌਰ ਹੈ, ਵਾਅਦੇ ਦਾਅਵੇ ਜਦੋਂ ਪੂਰੇ ਹੋਣਗੇ ਉਦੋਂ ਫਿਰ ਤੋਂ ਗੱਲ ਕਰਾਂਗੇ, ਸਵਾਲ ਪੁੱਛਾਂਗੇ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।